ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਇਸ ਵੀਡੀਓ ਦੇ ਵਿੱਚ। ਸੋ ਇਸ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਭਾਰਤੀ ਸਟੇਟ ਬੈਂਕ ਦਾ ਜੋ PO ਦਾ 2018 ਦਾ ਨੋਟੀਫਿਕੇਸ਼ਨ ਹੈ ਉਹਦੇ ਬਾਰੇ ਕੁਝ ਡਿਟੇਲ ਅਤੇ ਤੁਹਾਨੂੰ ਦੱਸਾਂਗੇ ਕਿ ਇਹਦੀ ਤਿਆਰੀ ਕਿਵੇਂ ਕਰਨੀ ਹੈ। ਸੋ ਦੋਸਤੋ, ਇਸੇ ਤਰ੍ਹਾਂ ਸਾਰੇ ਪੇਪਰਾਂ ਦੀ ਤਿਆਰੀ ਯਾਨੀ ਕਿ PCS ਬੈਂਕਾਂ SSC ਅਤੇ ਸਟੇਟ ਲੈਵਲ ਦੇ ਸਾਰੇ ਪੇਪਰਾਂ ਦੀ ਤਿਆਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਜੇ ਤੁਸੀਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਆਪਾਂ ਵੱਧਦੇ ਹਾਂ ਵੀਡੀਓ 'ਚ ਅੱਗੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਸਟੇਟ ਬੈਂਕ ਦਾ ਜੋ PO 2018 ਦਾ ਨੋਟੀਫਿਕੇਸ਼ਨ ਆ ਉਹ ਆ ਚੁੱਕਿਆ, ਅਤੇ ਇਹਦੇ ਵਿੱਚ 2000 ਅਸਾਮੀਆਂ ਇਸ ਵਾਰ ਰੱਖੀਆਂ ਗਈਆਂ ਨੇ। ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ 'ਚ ਦੇਵਾਂਗੇ। ਸੋ ਇਸ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ, ਅਤੇ ਜੇ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਜੀ। ਦੋਸਤੋ, ਇਸ ਵਾਰ ਜਿਹੜੀ ਉਮਰ ਹੱਦ ਰੱਖੀ ਗਈ ਹੈ 21 ਤੋਂ 30 ਸਾਲ ਹੈ ਭਾਰਤੀ ਸਟੇਟ ਬੈਂਕ ਦੇ PO ਐਗਜ਼ਾਮ ਦੇ ਲਈ। ਅਤੇ ਵਿੱਦਿਅਕ ਯੋਗਤਾ ਜੋ ਤੁਹਾਨੂੰ ਚਾਹੀਦੀ ਹੈ ਕਿ ਕਿਸੇ ਵੀ ਵਿਸ਼ੇ ਦੇ ਵਿੱਚ ਗ੍ਰੈਜੂਏਸ਼ਨ, ਯਾਨੀ ਕਿ ਤੁਸੀਂ ਜੇ ਚਾਹੇ ਤੁਸੀਂ ਸਾਇੰਸ ਦੇ ਵਿੱਚੋਂ ਚਾਹੇ ਆਰਟਸ ਦੇ ਵਿੱਚੋਂ, ਭਾਵੇਂ ਕੋਈ ਵੀ ਤੁਹਾਡੀ ਗ੍ਰੈਜੂਏਸ਼ਨ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਖਾਸ ਗੱਲ ਇੱਥੇ ਨੋਟ ਕਰਨ ਵਾਲੀ ਇਹ ਹੈ ਕਿ ਆਖਰੀ ਸਾਲ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਨੇ। ਸੋ ਹੁਣ ਜੀ ਤੁਹਾਨੂੰ ਕੁਝ ਇੰਪੋਰਟੈਂਟ ਤਰੀਕਾਂ ਦੇ ਬਾਰੇ ਦੱਸ ਦਿੰਦੇ ਹਾਂ। ਔਨਲਾਈਨ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ, ਤਾਂ ਉਹਦੀ ਤਰੀਕ 21 ਅਪ੍ਰੈਲ ਤੋਂ 13 ਮਈ ਤੱਕ ਹੈ ਦੋਸਤੋ। ਇਸ ਕਰਕੇ ਪਲੀਜ਼ ਧਿਆਨ ਨਾਲ ਨੋਟ ਕਰੋ ਕਿ 13 ਮਈ 2018 ਇਸ ਐਗਜ਼ਾਮ ਨੂੰ ਫਿਲ ਕਰਨ ਦੀ ਲਾਸਟ ਡੇਟ ਹੈ, ਅਤੇ ਇਹਨੂੰ ਭਰਨ ਦਾ ਔਨਲਾਈਨ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਨੀਚੇ ਦੇ ਦੇਵਾਂਗਾ, ਤੁਸੀਂ ਉੱਥੇ ਜਾ ਕੇ ਸਿੱਧਾ ਅਪਲਾਈ ਕਰ ਸਕਦੇ ਹੋ। ਅਤੇ ਜਿਹੜਾ ਇਹਦਾ ਪ੍ਰੀ ਐਗਜ਼ਾਮ ਹੋਣਾ ਹੈ, ਯਾਨੀ ਕਿ ਇਹਦੇ 2 ਐਗਜ਼ਾਮ ਹੋਣੇ ਆ, ਪ੍ਰੀ ਅਤੇ ਮੇਨਸ। ਜਿਹੜਾ ਪ੍ਰੀ ਦਾ ਐਗਜ਼ਾਮ ਹੈ 1, 7, 6 ਅਤੇ 8 ਜੁਲਾਈ 2018 ਨੂੰ ਹੋ ਰਿਹਾ, ਅਤੇ ਪ੍ਰੀ ਐਗਜ਼ਾਮ ਦਾ ਰਿਜ਼ਲਟ 15 ਜੁਲਾਈ 2018 ਨੂੰ ਆਉਣਾ। ਉਸ ਤੋਂ ਬਾਅਦ ਦੋਸਤੋ ਮੇਨਸ ਦਾ ਐਗਜ਼ਾਮ ਹੋਏਗਾ ਜੋ ਕਿ 4 ਅਗਸਤ 2018 ਉਹਦੀ ਤਰੀਕ ਰੱਖੀ ਗਈ ਹੈ, ਅਤੇ ਮੇਨਸ ਐਗਜ਼ਾਮ ਦਾ ਜਿਹੜਾ ਰਿਜ਼ਲਟ ਆ ਉਹ 20 ਅਗਸਤ 2018 ਨੂੰ ਘੋਸ਼ਿਤ ਕਰ ਦਿੱਤਾ ਜਾਵੇਗਾ। ਆਓ ਚੱਲਦੇ ਹਾਂ ਅੱਗੇ, ਅਤੇ ਤੁਹਾਨੂੰ ਦੱਸਦੇ ਹਾਂ ਕਿ ਫੀਸ ਇਹਦੀ ਕਿੰਨੀ ਹੈ। ਤੋ ਜਨਰਲ ਅਤੇ OBC ਜੋ ਕੈਟੇਗਰੀ ਆ ਉਹਨਾਂ ਦੀ ਫੀਸ 600 ਰੱਖੀ ਗਈ ਹੈ, ਅਤੇ SC ST ਅਤੇ ਡਿਸੇਬਿਲਿਟੀ ਪਰਸਨ ਦੀ ਜਿਹੜੀ ਫੀਸ ਹੈ ਉਹ 100 ਰੁਪਏ ਰੱਖੀ ਗਈ ਹੈ। ਇਹ ਸੀ ਦੋਸਤੋ ਕੁਛ ਇੰਪੋਰਟੈਂਟ ਜਾਣਕਾਰੀ ਨੋਟੀਫਿਕੇਸ਼ਨ ਦੇ ਬਾਰੇ। ਅਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ SBI PO ਯਾਨੀ ਕਿ ਭਾਰਤੀ ਸਟੇਟ ਬੈਂਕ PO ਐਗਜ਼ਾਮ ਦੀ ਤਿਆਰੀ ਤੁਸੀਂ ਕਿਵੇਂ ਸ਼ੁਰੂ ਕਰ ਸਕਦੇ ਹੋ। ਸੋ ਜੀ, ਇਹਦਾ 2 ਐਗਜ਼ਾਮ ਹੋਣੇ ਨੇ, ਪ੍ਰੀਲਿਮਿਨਰੀ ਅਤੇ ਮੇਨਸ। ਪ੍ਰੀਲਿਮਿਨਰੀ ਹੈ ਜਿਹੜਾ ਉਹ ਇੰਗਲਿਸ਼ ਦੇ 30 ਸਵਾਲ ਉਹਦੇ ਵਿੱਚ, ਜੋ ਕਿ 20 ਮਿੰਟ 'ਚ ਤੁਸੀਂ ਕਰਨੇ ਹੋਣਗੇ। ਕੁਆਂਟੀਟੇਟਿਵ ਐਪਟੀਟਿਊਡ ਜਿਹਦੇ ਕਿ 35 ਸਵਾਲ 20 ਮਿੰਟ 'ਚ ਕਰਨੇ ਹੋਣਗੇ, ਅਤੇ ਰੀਜ਼ਨਿੰਗ ਹੈ ਜੋ ਕਿ 35 ਸਵਾਲ 20 ਮਿੰਟ ਦੇ ਵਿੱਚ ਕਰਨੇ ਹੋਣਗੇ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪ੍ਰੀਲਿਮਨਰੀ ਐਗਜ਼ਾਮ 'ਚ ਇੰਗਲਿਸ਼, ਕੁਆਂਟੀਟੇਟਿਵ ਐਪਟੀਟਿਊਡ ਅਤੇ ਰੀਜ਼ਨਿੰਗ, ਇਹ 3 ਟੌਪਿਕ ਆ ਰਹੇ ਨੇ। ਇਹਨਾਂ ਦੀ ਤਿਆਰੀ ਲਈ ਦੋਸਤੋ ਤੁਸੀਂ ਕੁਝ ਨਹੀਂ ਕਰਨਾ, ਸਿੰਪਲੀ ਆਹ ਇੱਕ ਕਿਤਾਬ ਖਰੀਦ ਲੈਣੀ ਹੈ ਜਿਹੜੀ ਕਿ ਹੈ ਅ ਕੌਂਪ੍ਰੀਹੈਂਸਿਵ ਗਾਈਡ ਟੂ SBI PO, ਜੋ ਕਿ ਦਿਸ਼ਾ ਪਬਲੀਕੇਸ਼ਨਸ ਦੇ ਵੱਲੋਂ ਪਬਲਿਸ਼ ਕੀਤੀ ਗਈ ਹੈ। ਇਹਦੇ 'ਚ ਤੁਹਾਨੂੰ ਮਿਲਣਗੇ ਪਿਛਲੇ ਸਾਲਾਂ ਦੇ ਸਾਰੇ ਪੇਪਰ ਇਸ ਪੇਪਰ ਦੇ ਨਾਲ ਰਿਲੇਟਡ, ਅਤੇ ਨਾਲ ਹੀ ਇਹਦੇ ਵਿੱਚ ਨਵੇਂ ਕਰੰਟ ਅਫੇਅਰ ਨੇ ਜਿਹੜੇ ਉਹ ਵੀ ਇੰਕਲੂਡ ਕੀਤੇ ਗਏ ਨੇ, ਅਤੇ ਇਸ ਦੇ ਨਾਲ ਹੀ ਤੁਹਾਨੂੰ ਇਹਦੇ ਵਿੱਚ ਪ੍ਰੈਕਟਿਸ ਸੈੱਟ ਵੀ ਮਿਲ ਜਾਣਗੇ। ਸੋ ਦੋਸਤੋ, ਇਹ ਇਕੱਲੀ ਕਿਤਾਬ ਪੂਰੀ ਪੂਰਤੀ ਕਰ ਦੇਵੇਗੀ ਤੁਹਾਡੀ ਤਿਆਰੀ ਦੀ, ਅਤੇ ਤੁਹਾਡੀ ਤਿਆਰੀ ਨੂੰ ਪੂਰੀ ਤਰ੍ਹਾਂ ਬੂਸਟ ਕਰ ਦਿੱਤੀਗੀ। ਜੇ ਤੁਸੀਂ ਇਸ ਕਿਤਾਬ ਨੂੰ ਦੋਸਤੋ ਕਿਸੇ ਵੀ ਸ਼ੌਪ ਤੋਂ ਖਰੀਦਦੇ ਹੋ ਤਾਂ ਤੁਹਾਨੂੰ ਇਹ 900 ਜਾਂ 850 ਰੁਪਏ ਦੀ ਮਿਲੇਗੀ, ਪਰ ਜੇ ਤੁਸੀਂ ਹੇਠਾਂ ਦਿੱਤੇ ਲਿੰਕ ਤੋਂ ਖਰੀਦਦੇ ਹੋ ਤਾਂ ਤੁਹਾਨੂੰ ਕਿਤਾਬ ਸਿਰਫ 400 ਰੁਪਏ ਦੀ ਮਿਲ ਜਾਵੇਗੀ। ਸੋ ਹੇਠਾਂ ਦਿੱਤੇ ਹੋਏ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਇਹ ਕਿਤਾਬ ਖਰੀਦ ਸਕਦੇ ਹੋ। ਸੋ ਇਸ ਤੋਂ ਬਾਅਦ ਜੀ, ਪ੍ਰੀ ਤੋਂ ਬਾਅਦ ਹੋਣਾ ਹੈ ਮੇਨਸ ਐਗਜ਼ਾਮ, ਜੋ ਕਿ ਕੁੱਲ 3 ਘੰਟੇ ਦਾ ਐਗਜ਼ਾਮ ਹੋਣਾ, 155 ਸਵਾਲ ਇਹਦੇ 'ਚ ਹੋਣਗੇ, 200 ਨੰਬਰ ਦਾ ਇਹ ਪੇਪਰ ਹੈ। ਇਹਦੇ 'ਚ ਰੀਜ਼ਨਿੰਗ ਅਤੇ ਕੰਪਿਊਟਰ ਐਪਟੀਟਿਊਡ 45 ਸਵਾਲ, ਜੋ ਕਿ 60 ਮਿੰਟ ਦੇ ਵਿੱਚ ਕਰਨੇ ਹੋਣਗੇ। ਡਾਟਾ ਇੰਟਰਪ੍ਰੀਟੇਸ਼ਨ ਦੇ 35 ਸਵਾਲ, ਜੋ ਕਿ 45 ਮਿੰਟ 'ਚ ਕਰਨੇ ਹੋਣਗੇ। ਜਨਰਲ ਅਤੇ ਬੈਂਕਿੰਗ ਅਵੇਅਰਨੈਸ 40 ਸਵਾਲ, ਜੋ ਕਿ 35 ਮਿੰਟ ਦੇ ਵਿੱਚ ਤੁਹਾਨੂੰ ਕਰਨੇ ਹੋਣਗੇ, ਅਤੇ ਇੰਗਲਿਸ਼ ਦੇ 35 ਸਵਾਲ, ਜਿਨ੍ਹਾਂ ਲਈ ਕਿ 40 ਮਿੰਟ ਮਿਲਣਗੇ। ਸੋ ਕੁੱਲ ਮਿਲਾ ਕੇ ਜੀ 155 ਸਵਾਲ 200 ਅੰਕਾਂ ਦੇ ਇਹਦੇ ਵਿੱਚ ਰੱਖੇ ਗਏ ਨੇ ਮੇਨਸ ਐਗਜ਼ਾਮ ਦੇ ਵਿੱਚ, ਜੋ ਕਿ ਪੂਰਾ ਐਗਜ਼ਾਮ 3 ਘੰਟੇ ਦਾ ਹੋਵੇਗਾ। ਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਮੇਨਸ ਐਗਜ਼ਾਮ ਦੀ ਤਿਆਰੀ ਕਿਵੇਂ ਕਰੀਏ। ਸੋ ਇਹਦੇ ਲਈ ਸਭ ਤੋਂ ਜਿਹੜਾ ਮੇਨ ਇੰਪੋਰਟੈਂਟ ਟੌਪਿਕ ਹੈ ਉਹ ਕੰਪਿਊਟਰ ਐਪਟੀਟਿਊਡ ਅਤੇ ਕੰਪਿਊਟਰ ਨੌਲੇਜ ਹੁੰਦਾ ਹੈ ਜੀ। ਉਸ ਦੇ ਲਈ ਤੁਸੀਂ ਇਹ ਕਿਤਾਬ ਜਿਹੜੀ ਕਿ ਦਿਸ਼ਾ ਪਬਲੀਕੇਸ਼ਨ ਦੀ ਕੰਪਿਊਟਰ ਨੌਲੇਜ ਕਿਤਾਬ ਹੈ, ਇਹ ਸਿਰਫ 90 ਰੁਪਏ ਦੀ ਕਿਤਾਬ ਹੈ, ਤੁਸੀਂ ਹੇਠਾਂ ਦਿੱਤੇ ਲਿੰਕ ਤੋਂ ਖਰੀਦ ਸਕਦੇ ਹੋ। ਇਹਦੇ 'ਚ ਤੁਹਾਨੂੰ ਕੰਪਿਊਟਰ ਦੀ ਬੇਸਿਕ ਅਤੇ ਐਡਵਾਂਸ ਸਾਰੀ ਜਾਣਕਾਰੀ ਜੋ ਕਿ ਇਸ ਪੇਪਰ ਲਈ ਜ਼ਰੂਰੀ ਹੈ ਉਹ ਮਿਲ ਜਾਏਗੀ। ਇਸ ਦੇ ਨਾਲ ਨਾਲ ਤੁਹਾਨੂੰ ਪਿਛਲੇ ਸਾਲਾਂ 'ਚ ਪੁੱਛੇ ਗਏ ਸਵਾਲ ਅਤੇ ਪ੍ਰੈਕਟਿਸ ਸੈੱਟ ਵੀ ਮਿਲ ਜਾਣਗੇ। ਇਸ ਤੋਂ ਬਾਅਦ ਜੀ ਅਗਲੀ ਕਿਤਾਬ, ਜੋ ਕਿ ਕੁਆਂਟੀਟੇਟਿਵ ਐਪਟੀਟਿਊਡ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹ ਕਿਤਾਬ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਜ਼ਰੂਰ ਖਰੀਦਣੀ ਚਾਹੀਦੀ ਹੈ।
ਚਾਹੇ ਤੁਹਾਡੀ ਤਿਆਰੀ ਘੱਟ ਹੋਵੇ ਜਾਂ ਵੱਧ ਹੋਵੇ, ਤੁਹਾਨੂੰ ਜ਼ਰੂਰ ਇਹ ਕਿਤਾਬ ਲੈਣੀ ਚਾਹੀਦੀ ਹੈ। ਅਤੇ ਇਹ ਹੈ ਰੈਪਿਡ ਕੁਆਂਟੀਟੇਟਿਵ ਐਪਟੀਟਿਊਡ, ਜੋ ਕਿ ਸਪੈਸ਼ਲੀ ਇਸ ਪੇਪਰ ਲਈ, ਖਾਸ ਕਰਕੇ SBI PO ਦੇ ਲਈ ਬਹੁਤ ਮਹੱਤਵਪੂਰਨ ਹੈ। ਇਹਦੇ 'ਚ ਕੁਆਂਟੀਟੇਟਿਵ ਐਪਟੀਟਿਊਡ ਦੀਆਂ ਸਾਰੀਆਂ ਸ਼ੋਰਟ ਟ੍ਰਿਕਸ ਦੇ ਨਾਲ ਸਾਰੇ ਫਾਰਮੂਲਾ ਐਕਸਪਲੇਨ ਕੀਤੇ ਗਏ ਨੇ, ਅਤੇ ਨਾਲ ਹੀ ਤੁਹਾਨੂੰ ਟੋਪਿਕ ਵਾਈਜ਼ ਸੋਲਵਡ ਕੁਐਸਚਨ ਮਿਲਣਗੇ। ਅਤੇ ਇਸ ਦੇ ਨਾਲ ਨਾਲ ਹੀ ਦੋਸਤੋ, ਕੁਆਂਟੀਟੇਟਿਵ ਐਪਟੀਟਿਊਡ ਦੇ ਸਾਰੇ ਪ੍ਰੈਕਟਿਸ ਸੈੱਟ ਵੀ ਤੁਸੀਂ ਇੱਥੇ ਲਗਾ ਸਕਦੇ ਹੋ। ਸਿਰਫ 250 ਰੁਪਏ 'ਚ ਇਹ ਕਿਤਾਬ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਖਰੀਦ ਸਕਦੇ ਹੋ। ਸੋ ਜੀ, ਅਗਲੀ ਕਿਤਾਬ ਉਹਨਾਂ ਖਾਸ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਜਿਹੜਾ ਪੇਪਰ ਦਾ ਮਾਧਿਅਮ ਉਹ ਹਿੰਦੀ ਚੁਣਿਆ, ਕਿਉਂਕਿ ਬਹੁਤ ਸਾਰੇ ਅਜਿਹੇ ਸਾਡੇ ਦੋਸਤ ਹੁੰਦੇ ਨੇ ਜੋ ਕਿ ਹਿੰਦੀ ਦੇ ਵਿੱਚ ਇਗਜ਼ਾਮ ਦੇਣਾ ਚਾਹੁੰਦੇ ਨੇ, ਉਹਨਾਂ ਲਈ ਇਹ ਕਿਤਾਬ ਸਪੈਸ਼ਲ ਹੈ। ਇਸ ਕਿਤਾਬ ਦਾ ਨਾਮ ਹੈ ਦੋਸਤੋ, ਧਿਆਨ ਨਾਲ ਨੋਟ ਕਰੋ, SBI ਬੈਂਕ ਕਲਰਕ। ਹਿੰਦੀ ਐਡੀਸ਼ਨ ਤੁਸੀਂ ਲੈਣਾ ਹੈ, ਅਤੇ ਇਹ ਪਬਲਿਸ਼ ਕੀਤੀ ਗਈ ਹੈ ਲੈਕਸਿਸ ਨੈਕਸਿਸ ਪਬਲੀਕੇਸ਼ਨਸ ਦੇ ਦੁਆਰਾ। ਸੋ ਇਹਦਾ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਖਾਸ ਕਰਕੇ ਨੀਚੇ ਦੇ ਦੇਵਾਂ, ਕਿਉਂਕਿ ਇਹ ਕਿਤਾਬ ਬਾਹਰੋਂ ਲੈਣ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ, ਤੁਸੀਂ ਸਿੱਧਾ ਨੀਚੇ ਦਿੱਤੇ ਲਿੰਕ ਤੋਂ ਡਾਇਰੈਕਟਲੀ ਜਾ ਕੇ ਖਰੀਦ ਸਕਦੇ ਹੋ। ਇਸ ਕਿਤਾਬ ਦੇ ਵਿੱਚ ਪਿਛਲੇ ਸਾਲਾਂ ਦੇ ਸਾਰੇ ਪੇਪਰ ਤੁਹਾਨੂੰ ਹਿੰਦੀ 'ਚ ਮਿਲ ਜਾਣਗੇ, ਨਵੇਂ ਕਰੰਟ ਅਫੇਅਰ ਸਾਰੇ ਜਿਹੜੇ ਇੰਡੀਆ ਦੇ ਨਾਲ ਰਿਲੇਟਡ ਹੋ ਗਏ ਅਤੇ ਵਰਲਡ ਦੇ ਲੈਵਲ ਦੇ ਸਾਰੀ ਚੀਜ਼ਾਂ ਤੁਹਾਨੂੰ ਇਸ 'ਚ ਮਿਲਣਗੀਆਂ, ਅਤੇ ਨਾਲ ਦੇ ਨਾਲ ਹਿੰਦੀ ਦੇ ਵਿੱਚ ਪ੍ਰੈਕਟਿਸ ਸੈੱਟ ਵੀ ਤੁਹਾਨੂੰ ਮਿਲਣਗੇ। ਸੋ ਕਿਉਂਕਿ ਹਿੰਦੀ ਦੇ ਵਿੱਚ ਬਹੁਤ ਘੱਟ ਕਿਤਾਬਾਂ ਅਵੇਲੇਬਲ ਹੁੰਦੀਆਂ, ਵੈਸੇ ਇਹ ਕਿਤਾਬ ਮੇਨਲੀ ਬੈਂਕ ਕਲਰਕ ਦੇ ਇਗਜ਼ਾਮ ਦੇ ਲਈ ਹੈ, ਬਟ ਤੁਹਾਨੂੰ SBI PO ਜਿਹੜਾ ਹੈ ਇਸ ਇਗਜ਼ਾਮ ਦੇ ਵਿੱਚ ਵੀ ਬਹੁਤ ਜ਼ਿਆਦਾ ਸਹਾਈ ਹੋਏਗੀ। ਸੋ ਇਹ ਕਿਤਾਬ ਜੇ ਤੁਸੀਂ ਪੇਪਰ ਹਿੰਦੀ 'ਚ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਜ਼ਰੂਰ ਇਹ ਕਿਤਾਬ ਖਰੀਦ ਲਓ। ਇਸ ਤੋਂ ਬਾਅਦ ਜੀ, ਤੁਹਾਡੇ ਲਈ ਇੱਕ ਹੋਰ ਕਿਤਾਬ ਹੈ ਜਿਹਦੇ 'ਚ ਸਿਰਫ ਪ੍ਰੈਕਟਿਸ ਸੈੱਟ ਨੇ। ਇਸ ਕਿਤਾਬ ਦਾ ਨਾਮ ਹੈ SBI PO 50 ਪ੍ਰੈਕਟਿਸ ਸੈੱਟ, ਜੋ ਕਿ ਕਿਰਨ ਪਬਲੀਕੇਸ਼ਨਸ ਦੇ ਦੁਆਰਾ ਪਬਲਿਸ਼ ਕੀਤੀ ਗਈ ਹੈ। ਇਹਦੇ 'ਚ ਤੁਹਾਡੀ ਤਿਆਰੀ ਕਰਨ ਲਈ 50 ਪ੍ਰੈਕਟਿਸ ਸੈੱਟ ਨੇ, ਨਾਲ ਹੀ ਪਿਛਲੇ ਸਾਲਾਂ ਦੇ ਸੋਲਵਡ ਪੇਪਰ ਨੇ। ਸੋ 330 ਰੁਪਏ ਦੀ ਇਹ ਕਿਤਾਬ ਹੈ ਜੀ, ਜਿਹੜੀ ਹੇਠਾਂ ਦਿੱਤੇ ਲਿੰਕ ਤੋਂ ਤੁਸੀਂ ਖਰੀਦ ਸਕਦੇ ਹੋ। ਸੋ ਇਹ ਸੀ ਦੋਸਤੋ ਕੁਝ ਕਿਤਾਬਾਂ। ਬਹੁਤ ਬਹੁਤ ਧੰਨਵਾਦ ਸਾਡਾ ਵੀਡੀਓ ਦੇਖਣ ਦੇ ਲਈ, ਅਤੇ ਆਪਣੀ ਤਿਆਰੀ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦੇ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਤੁਹਾਨੂੰ ਇਸ ਚੈਨਲ 'ਤੇ ਨਾਲ ਦੀ ਨਾਲ ਹੀ ਸਾਰੇ ਅਪਡੇਟ ਮਿਲਦੇ ਰਹਿਣਗੇ, ਅਤੇ ਅਸੀਂ ਕਰੰਟ ਅਫੇਅਰ ਅਤੇ ਜਨਰਲ ਅਵੇਅਰਨੈਸ ਦੀ ਵੀਡੀਓਜ਼ ਵੀ ਇਸ ਚੈਨਲ 'ਤੇ ਲਗਾਤਾਰ ਪਾਉਂਦੇ ਰਹਿੰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ।